ਅਸਲਾਮ ਅਲੈਕੁਮ ਨਾਜ਼ਰੀਨ, ਉਮੀਦ ਸਾਰੇ ਠੀਕ ਹੋਵੋਗੇ ਤੇ ਪਿੱਛੇ ਸ਼ੋਰ ਤੁਹਾਨੂੰ ਕਾਫੀ ਆ ਰਿਹਾ ਹੋਣਾ ਤੇ ਇਸ ਟਾਈਮ ਅਸੀਂ ਅੱਜ ਜੁੰਮੇ ਰਾਤ ਹੈ, ਸਾਰਿਆਂ ਨੂੰ ਸਵੇਰ ਛੁੱਟੀ ਹੈ ਤੇ ਇਸ ਟਾਈਮ ਅਸੀਂ ਬੈਠੇ ਹੋਏ ਹਾਂ ਤੇ ਐ ਨੇ ਬਿੰਦਰ ਸਰ ਕਹਿਣਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਯਾਰ, ਐਡੇ ਔਖੇ ਲੱਗਦੇ ਅੰਗਰੇਜ਼ੀ ਦੀ ਹੁਣ ਮੈਂ ਕਿਵੇਂ ਆਖਾਂ ਯਾਰ, ਬੜ ਬੰਦੇ ਆ ਸਾਲ ਮਿਹਨਤ ਕਰਤਾ ਹੂੰ ਆਪਕੇ ਲਈ ਬੇਟਾ, ਐਸਾ ਨਹੀਂ ਚਲੇਗਾ, ਐਸਾ ਨਹੀਂ ਚਲੇਗਾ, ਲਾਈਕ ਠੋਕੀ ਦਬਾ ਕੇ ਮੇਰੇ ਉਸਤਾਦ ਬੈਠੇ ਹੋਏ ਨੇ। ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ, ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ। ਤੇ ਹਾਜੀ ਸਾਹਿਬ ਟੈਸਟ ਦੀ ਟਰਾਈ ਲੈ ਰਹੇ ਹਨ ਅਲੀ ਭਾਈ ਵੱਲੋਂ। ਅਲੀ ਭਾਈ ਦੱਸੋ ਹੁਣ ਕੀ ਹੋ ਰਿਹਾ? ਅਬੇ ਜਲਦੀ ਬੋਲ, ਕੱਲ ਸਵੇਰੇ ਪਨਵੇਲ ਨਿਕਲਣਾ ਹੈ। ਭਾਈ ਨੇ ਗੱਲ ਟੋਕ ਦਿੱਤੀ, ਉਹ ਕੈਮਰੇ ਕੋਲ ਚੱਕ ਰਹੇ ਨੇ ਤੇ ਬਕਾਇਆ ਤੁਹਾਨੂੰ ਨਾਲ ਸ਼ੁਗਰ ਮੇਲਾ ਵਿਖਾਉਂਦੇ ਆ। ਅੱਜ ਜੁੰਮੇ ਰਾਤ ਹੈ, ਸਾਰੀ ਰਾਤ ਇਨਸ਼ਾਅੱਲਾ ਬੈਠੇ ਰਹਾਂਗੇ। ਤੇ ਹਾਜੀ ਸਾਹਿਬ ਆਏ ਨੇ ਸੁਹਾਰ ਤੋਂ, ਹਾਜੀ ਸਾਹਿਬ ਦੇ ਪਿਛਲੇ ਹਫ਼ਤੇ ਸਾਲਗਿਰਾ ਵੀ ਤੇ ਸਾਰੇ ਕਮੈਂਟ ਵਿੱਚ ਸਾਲਗਿਰਾ ਵਿਸ਼ ਕਰ ਦਿਓ ਤੇ ਚਲੋ ਤੁਹਾਨੂੰ ਇੰਟਰੋਡਕਸ਼ਨ ਕਰਵਾਉਣਾ ਉਹਨਾਂ ਨਾਲ। ਅੱਛਾ, ਤੇ ਹਾਜੀ ਸਾਹਿਬ ਦੱਸਣਾ ਸਫ਼ਰ ਕਿਹਾ ਤੁਹਾਡਾ ਗੁਜ਼ਰਿਆ? ਅਲਹਮਦੁਲਿਲਾ ਜੀ, ਬਿਹਤਰੀਨ, ਜ਼ਬਰਦਸਤ ਗੁਜ਼ਰ ਗਿਆ ਜਨਾਬ। ਤੇ ਟ੍ਰੇਡ ਕਿਹਨੂੰ ਕਿਹਨੂੰ ਦਿੱਤੀ ਹੈ ਸਾਲਗਿਰਾ ਦੀ? ਇਹ ਤਾਂ ਸਾਨੂੰ ਤਾਂ ਮਿਲੀ ਕੋਈ ਨਹੀਂ। ਅੱਛਾ, ਤੇ ਹਾਜੀ ਸਾਹਿਬ ਨੇ ਇਨਕਾਰ ਕਰ ਦਿੱਤਾ, ਉਹਨਾਂ ਕਿਹਾ ਸੁਬਹਾ ਮੈਂ ਇੰਟਰੋਡਕਸ਼ਨ ਕਰਵਾਵਾਂਗਾ ਤੇ ਹੁਣ ਤੁਹਾਨੂੰ ਸੁਬਹਾ ਉਹਨਾਂ ਦਾ ਇੰਟਰੋਡਕਸ਼ਨ ਕਰਵਾਵਾਂਗੇ। ਉਹ ਜਿਹੜਾ ਸਸਪੈਂਸ ਪੈਦਾ ਹੋਈ ਹੈ ਭਾਈ, ਆ ਸੁਖ ਡਰ ਰਹਿੰਦੇ ਜਾਂ ਜਿਵੇਂ ਕਾ ਚੱਲਾ। ਅੱਛਾ, ਇਹ ਭਾਈ ਦਾ ਨਾਮ ਹੈ ਫੈਸਲ। ਤੇ ਫੈਸਲ ਭਾਈ ਕੈਸੇ ਹੋ? ਅਲਹਮਦੁਲਿਲਾ ਭਾਈ, ਠੀਕ ਠਾਕ। ਤੇ ਹੋਰ ਸੁਣਾਓ, ਸੁਹਾੜ ਕੈਸਾ ਹੈ? ਜ਼ਬਰਦਸਤ, ਬਹੁਤ ਅੱਛਾ ਹੈ, ਬਹੁਤ ਅੱਛਾ ਹੈ। ਖਾ ਕੇ ਚੈੱਕ ਕੀਤਾ ਹੈ ਕਿ ਵੈਸੇ ਟੇਸਟ ਕਿੱਦਾਂ ਸੀ? ਅਰੇ ਕਹਿਣਾ ਕਿਆ ਚਾਹਤੇ ਹੋ? ਖਾ ਕੇ ਚੈੱਕ ਕੀਤਾ ਸੀ ਲੈ ਕੇ, ਵੈਸੇ ਟੇਸਟ ਕੀਤਾ? ਵੈਸੇ ਟੇਸਟ ਕੀਤਾ। ਅਜੇ ਤਾਂ ਮਤਲਬ ਇਹਨਾਂ ਚੱਖਿਆ ਵਾਲਾ ਆਦਮੀ ਆ, ਚੱਖਿਆ। ਤੇ ਰਾਤ ਦੀ ਬਿਰਿਆਨੀ ਮੇਰੇ ਤਰਫੋਂ। ਕਿਆ ਕਿਆ ਕਿਆ? ਰਾਤ ਕੋ ਬਿਰਿਆਨੀ ਮੇਰੇ ਤਰਫ ਸੇ। ਅੱਛਾ ਜੀ, ਕੱਲ ਰਾਤ ਦੀ ਬਿਰਿਆਨੀ ਹਾਜੀ ਸਾਹਿਬ ਵੱਲੋਂ ਹੋ ਗਈ ਹੈ ਤੇ ਹੁਣ ਬਾਕੀ ਅਸੀਂ ਸੁਬਹਾ ਵਲੌਗ ਸ਼ੁਰੂ ਕਰਾਂਗੇ। ਅਸੀਂ ਇੱਥੇ ਕਰਨੇ ਆ ਫਿਲਹਾਲ ਖਤਮ, ਕਿਉਂਕਿ ਟਾਈਮ ਹੋ ਗਿਆ 2 ਦਾ ਰਾਤ ਦੇ। ਅੱਲਾਹ ਹਾਫਿਜ਼। 2000 ਇਅਰਸ ਲੇਟਰ। ਤੋ ਜੀ ਗਾਇਸ, ਸੁਬਹਾ ਉੱਠ ਗਏ ਤੇ ਨਾਸ਼ਤਾ ਅਸੀਂ ਕਰਨਗੇ ਤੇ ਨਾਸ਼ਤਾ ਕਰਕੇ ਜੋ ਮੇਰੀ ਅਸੀਂ ਤਿਆਰੀ ਕਰਨੀ ਆ ਜੁੰਮਾ ਪਰ ਫਿਰ ਫਿਲਹਾਲ ਤਿਆਰੀ ਕਰਨੀ ਆ, ਪਹਿਲਾਂ ਨਾਸ਼ਤਾ ਕਰ ਲਈਏ ਤੇ ਫਿਰ ਮਿਲਣੇ ਆ। ਅੱਛਾ, ਤੋ ਜੇ ਭਾਈ ਦੇਖੇ ਜੁੰਮੇ ਦੀ ਤਿਆਰੀ ਕਰ ਰਹੇ ਹਾਂ ਤੇ ਜੇ ਸਲਵਟ ਨਿਕਾ ਰਹੇ ਆ ਕਮੀਜ਼ ਮੇ ਸੇ ਹਨਾ ਆ ਭਾਈ, ਇਹ ਨਾ ਕੁਛ ਆ ਓਏ ਇਸਤਰੀ ਬੰਦ ਰਹੀ ਹੁੰਦੀ ਮੈਂ ਕਿਹੜਾ। ਤੋ ਜੀ ਗਾਇਜ਼, ਹਮ ਰੈਡੀ ਹੋ ਗਏ ਹਾਂ ਤੋ ਅਬ ਹਮ ਜਾ ਰਹੇ ਹਾਂ ਮਸਜਿਦ ਕੀ ਤਰਫ, ਤੋ ਯੇ ਭਾਈ ਵੀ ਹੈ ਸਾਥ, ਭਾਈ ਰੈਡੀ ਸ਼ੈਡੀ ਹੋ ਕੇ ਆਏ ਨੇ ਤੋ ਅਬ ਹਮ ਬੈਠਣ ਲੱਗੇ ਹਾਂ ਗਾੜੀ ਮੇ, ਤੋ ਚਲਤੇ ਹਾਂ ਜਿੰਮਾ ਪੜ੍ਹਨੇ। ਤੋ ਮੰਨਾ ਫਿਰ ਭੁੱਲ ਲਾ ਵੀ ਨਹੀਂ ਹੈ, ਲਾ ਲੂ ਯਾਦ ਹੈ ਫਿਰ ਤੇ ਤੋਂ ਪਹਿਲਾਂ। ਹਮ ਮਸਜਿਦ ਮੇ ਪਹੁੰਚ ਚੁਕੇ ਹਾਂ ਤੋ ਯਹਾਂ ਪੇ ਦੇਖ ਸਕਤੇ ਹੈ ਆਪ ਪਿੱਛੇ ਕਿਤਨੀ ਵੋ ਲਗੀ ਹੋਈ ਹੈ ਲਾਈਨ ਭੀੜ ਕਾਰੋਂ ਕੀ। ਤੋ ਅਭੀ ਮਸਜਿਦ ਜੁਮੇ ਕਾ ਟਾਈਮ ਗੁਜ਼ਰਾ ਜਾ ਰਿਹਾ ਤੋ ਹਮ ਅਭੀ ਮਸਜਿਦ ਮੇ ਜਾ ਰਹੇ ਤੋ ਮਸਜਿਦ ਮੇ ਜਾ ਕੇ ਆਪਕੋ ਦਿਖਾਤੇ ਹੈ। ਉਸਸੇ ਪਹਿਲੇ ਯੇ ਆਪ ਬਾਹਰ ਸੇ ਦੇਖ ਸਕਤੇ ਹੈ ਕਿ ਕਿਤਨੀ ਪਿਆਰੀ ਮਸਜਿਦ ਹੈ ਔਰ ਯੇ ਦੇਖੇ ਸੁਬਹਾਨ ਅੱਲਾਹ ਮਾਸ਼ਾਅੱਲਾਹ। ਤੋ ਗਾਇਜ਼, ਹਮਨੇ ਮਾਸ਼ਾਅੱਲਾ ਜੁਮਾ ਪੜ੍ਹ ਲਿਆ, ਜੁਮਾ ਮੁਬਾਰਕ ਹੋ ਆਪਕੋ ਵੀ ਔਰ ਹਮ ਨਿਕਲ ਰਹੇ ਹੈ ਮਸਜਿਦ ਸੇ ਬਾਹਰ। ਯਹਾਂ ਪੇ ਅਭੀ ਬੱਚੇ ਖੇਲ ਕੂਦ ਰਹੇ ਹੈ, ਇਹ ਚੈੱਕ ਕਰੇ ਮਸਜਿਦ ਕਾ ਯੇ ਬਹੁਤ ਬੜਾ ਆਗੇ ਸੀਨ ਹੈ।
तो अभी हम जा रहे हैं अपनी गाड़ी की तरफ, तो चलिए हम आपको मिलते हैं आप गाड़ी के अंदर बैठ के, क्योंकि धूप आ गई है, हमें धूप बहुत अच्छी लगती है ना, तो चले हम गाड़ी में बैठ के आपको मिलते हैं। तो हम आ गए हैं अपनी गाड़ी के पास, तो गाड़ी से पहले बैठने से मैं आपको व्यू चेक करवाना चाहूँगा, ये चेक कर देगा क्या व्यू है यार, नज़र आ रही है, आई थिंक आ ही रहा होगा थोड़ा बहुत, ये चेक कर सकते हैं, आला फुल ओमान मस्कत इत्थों नज़र आ रहा है। तो असं अगे गड्डी खड़े से, गड्डी वाला साडा वेट कर रहा है, तो चलो अब हम गाड़ी में बैठने लगे हैं, तो गाड़ी में बैठ के आपको मिलते हैं। तो जैसा कि आप देख रहे हैं कि हम अपनी गाड़ी में बैठ गए हैं, तो अब हम चलने लगे हैं आगे, तो कहाँ पर जाना है गजब बेइज्जती है अपनी गाड़ी के लिए पार्किंग ढूंढ रहे हैं, तो अभी तक हमें नहीं मिल रही, क्योंकि यहाँ पे माशाल्लाह देख सकते हैं कहीं हमें जगह ही नहीं मिल रही, तो अभी हम मॉल के अंदर जाके आपको मॉल का व्यू दिखाते हैं। तो जी गाइस, हम पहुँचे अब मॉल ऑफ एवेन्यूज़ के अंदर, तो आप ये चेक कर सकते हैं कि मैं अपनी वो उस पर हूँ लिफ्ट पे, ये हम ऊपर की तरफ जा रहे हैं, वो चेक कर सकते हैं। वाह यार क्या गाड़ी खड़ी है, उसके अलावा ये चेक कर सकते हैं वो डाउन, तो जो तुम चेक किया वो भी मैंने पता है तुम्हें की चेक किया, तो मैं गड्डी से वोडाफोन उठाया, ठीक है बकाया, समझ रहे हो ना नहीं समझ रहे। तो बकाया मिलते हैं हम आगे जाके, देखते हैं क्या लेते हैं यहाँ से। हम एक शॉप के अंदर एंटर हो गए हैं, जहाँ से हमें अभी तक पेंट शर्ट पसंद नहीं आई, ये आप चेक कर सकते हैं कि भाई पेंट शर्ट पसंद कर रहे हैं लेकिन पसंद नहीं आ रही, और ये भाई बस हमें मज़ा लेना आ गया शुगर मिला कह रही रहेगा, तो तुम मिलने आप हूँ जरा बाहर निकल के, क्योंकि असं अंदर पेंट शर्ट पसंद कर ली है, तो बकाया फिर मिलने आगे। तो जी गाइस, अपना जरा ड्रीम है ना वो इंशाल्लाह पूरा करना है, अब वेख लें कल फिर ले लाँगे, तो असं जा रहे हैं इस टाइम MI स्टोर के अंदर, ये चेक कर सकते हैं, ये हुआ है आईफोन 13 प्रो मैक्स। तो गाइस साढ़े को फोन गया है डेक थले, तो चेक कर सकते हो तुम, और शुगर भाई ने कुछ कहा नहीं, 256 GB की मैमरी है, 500 baht चेक कर सकते हो, ओमान इंशाल्लाह जब देखने कर लाँगे, ठीक है ना, या फिर ज़रा बाहर निकल गया जरा चेक कर लिए चला के। अच्छा गाइस 15 प्रो आज इसलिए आ नहीं सकते, लेकिन तस्वीर खींच के असं अपना उधर एयर ड्रॉप से करांगे, असं ए हे रहा नहीं जाता, तड़प ही ऐसी है ना, नहीं नहीं सुके 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 करने तस्वीर खींचने पोर्ट्रेट दे विच फ्रंट में, ये हमने लिया है फोटो, पर उसका भाई एयर ड्रॉप ऑन करना, हम वहाँ पे फोटो लेंगे। तो गाइस कैसा लगा मेरा मजाक, मैंने देखा आईफोन 15 में से फोटो कैसे लिया है, अपने फोन से लिया है। अच्छा तो नाजरीन असी कर ली थोड़ी बहुत चीज शॉपिंग करनी सी, तो हूँ अगू अपनी हाड़ी पर्सनल लाइफ है असं भी वो जीना चाहते हैं, तो आप बलॉग करने एंड, तो चैनल लाइक शेयर सबसक्राइब ब्लॉग भी कर दो, तो जो ब्लॉग अच्छा नहीं लग रहा तो सू दस दो, तो अगू सुधारण की कोशिश करिए, है ओके, अल्लाह हाफिज़, बाय बाय, टाटा।